ਦਵਾਣੇ ਸੇ ਪੱਟ ਲਾਏ ਸੇ, ਹੁਣ ਬਹਿੰਦੇ ਪਏ ਛੱਪਰੀ ਤਲੇ, ਜ਼ਰਾ ਇਹਨਾਂ ਨੂੰ ਬਣ ਕੇ ਚੈੱਕ ਸ਼ੈੱਕ ਕਰੇ ਨੇ। ਅਸਲਾਮ ਅਲੈਕੁਮ ਵੀਵਰ, ਮੈਂ ਖੁਰਸ਼ੀਦ ਅਹਿਮਦ, ਤੋਂ ਤੁਸੀਂ ਯੂਟਿਊਬ ਚੈਨਲ ਦੇ ਪਰ ਰੱਖਣਾ ਬਾਈ, ਉਮੀਦ ਕਰੇ ਨੇ ਸਾਰੇ ਵੀਵਰ ਠੀਕ ਹੋ ਸੋ, ਖੁਸ਼ ਹੋ ਸੋ। ਅੱਛਾ ਵੀਵਰ, ਇਹ ਹਨ ਸਾਰੇ ਕਜ਼ਨ ਅਤੇ ਬੜੇ ਮਸ਼ਹੂਰ ਯੂਟਿਊਬਰ ਮਲਿਕ ਤਈਅਬ ਦੱਖਣਾ ਸਾਹਿਬ। ਕਸ਼ਤੀ ਤੋਂ ਕ੍ਰਾਸ ਕਰਕੇ ਵਾਲਾ ਸਾ ਵੰਡਣਾ ਹੈ ਦਰਿਆ ਦੇ ਪਾਰ, ਉੱਥੇ ਤਰਬੂਜ਼ ਦੀ ਵਾੜੀ ਦੇ ਵਿੱਚ, ਸਰੈਕੀ ਦੇ ਵਿੱਚ ਵਾੜੀ ਆ ਦਿੰਦਾ, ਅਤੇ ਆਪਣੇ ਕਜ਼ਨ ਹੋਣੀ ਗੁਜ਼ਾਰਾ ਉੱਥੇ ਮਾਹੌਲ ਸ਼ੌਲ ਚੈੱਕ ਕਰਵੇ ਨੇ, ਉਹਨਾਂ ਕੋਲ ਘੁੰਮੇਂਦੇ ਫਿਰੇ ਨੇ, ਅਤੇ ਉੱਥੇ ਜਿਹੜਾ ਨਾ ਤਰਬੂਜ਼ ਵੀ ਚੈੱਕ ਕਰੇ ਨੇ, ਔਰ ਉਹਨਾਂ ਕੋਲ ਉੱਥੇ ਜਿਹੜਾ ਨਾ ਇੰਜੋਏਮੈਂਟ ਕਰਵੇ ਨੇ। ਬਿਲਕੁਲ, ਇਹ ਸੀ ਸਾਰੇ ਨਾਲ ਸਾਡੇ ਪਾਰਟਨਰ ਸਾਹਿਬ, ਠੀਕ ਹੈ, ਮਲਿਕ ਦਾਨਿਸ਼ ਰੱਖਣਾ ਸਾਹਿਬ ਅਤੇ ਮਲਿਕ ਅਬਾਦ ਸਾਹਿਬ, ਇਹ ਵੀ ਸਾਡੇ ਨਾਲ ਵਹਿੰਦੇ ਪਏ ਨੇ। ਅੱਜ ਅਸੀਂ ਸਾਰੇ ਨਿਕਲੇ ਹਾਂ ਘੁੰਮਣ ਫਿਰਨ ਵਾਸਤੇ, ਪਹਿਲੇ ਦਰਿਆ ਕ੍ਰਾਸ ਕਰਕੇ ਅਤੇ ਅੱਗਾਂ ਵਹਿੰਦੇ, ਅੱਗਾਂ ਵਲੌਗ ਉੱਥਾਂ ਹੀ ਵਹਿ ਕੇ ਬਣਾ ਸੂੰ। ਸਾਡੀ ਵੀਡੀਓ ਦੇ ਨਾਲ ਰਾਵਣੇ ਅਤੇ ਸਾਡੇ ਚੈਨਲ ਨੂੰ ਸਪੋਰਟ ਕਰਨੀ ਹੈ। ਬਗੈਰ ਟਾਈਮ ਵੇਸਟ ਕੀਤੇ ਚਲਦੇ ਹਾਂ ਅੱਗਾਂ ਬੇੜੀ ਵਾਲੀ ਸਾਈਡ 'ਤੇ, ਕਿਉਂਕਿ ਬੇੜੀ 'ਤੇ ਵੀ ਕਾਫੀ ਸਾਰਾ ਰਸ਼ ਹੁੰਦਾ ਹੈ ਉੱਥੇ, ਬੇੜੀ 'ਤੇ ਸਗੋਂ ਅਲੱਗ ਰਹੇ ਜਗ੍ਹਾ ਮਿਲ ਵਣੇ, ਅਤੇ ਉਸ ਤੋਂ ਬਾਅਦ ਅੱਗਾਂ ਵੱਲ ਵਲੌਗ ਸ਼ੁਰੂ ਕਰੀ ਸੋ। ਇਸੇ ਜਗ੍ਹਾ ਤੋਂ ਜਿਹੜਾ ਹੈ, ਮੈਂ ਰੋਜ਼ ਦੀਆਂ ਪਤਾ ਤੁਸੀਂ ਤਾਂ ਹੇਕ ਮੋਟਰਸਾਈਕਲ ਦੇ ਵੱਧ ਵੱਲ ਹਜ਼ਾਰਾਂ ਤਾਦਾਦ ਮੋਟਰਸਾਈਕਲ ਕੱਲ੍ਹ ਲੈਣ ਦੇ ਚੜੇ ਨੇ, ਤੁਹਾਡਾ ਤਜਰਬਾ ਥੀ ਖੜੇ ਨੇ ਪੰਦਰਾਂ ਨੇ ਫਿਲਹਾਲ ਜ਼ਬਰਦਸਤ ਤਰੀਕੇ ਨਾਲ ਟੁੱਟਦੀ ਬੜਾ ਸਲੋ ਪਈ ਹੈ। ਅੱਛਾ ਜੀ, ਤਾਂ ਮੋਟਰ ਵਾਲੀ ਘੱਟ ਚੱਲਦੀਆਂ ਮੋਟਰ। ਤਈਏ ਵਿਆਹ ਲਵਾ ਯਾਰ, ਮੋਟਰਸਾਈਕਲ ਯਾਰ ਮਾਮੂ ਸਵਾ ਸਟੈਂਡ ਇਹਦਾ ਚਾਓ, ਗੇਅਰ ਕੱਢੋ ਸਟੈਂਡ ਉਹਦਾ ਚਾਓ, ਦਰਿਆ ਕ੍ਰਾਸ ਕਰ ਲਾਇਆ ਸੀ ਤੇ ਕਜ਼ਨ ਵੀ ਨਾਲ ਹਨ ਸਾਰੇ, ਜ਼ਬਰਦਸਤ ਮਾਹੌਲ ਹੈ, ਸਹੀ ਖੁੱਲਾ ਮਾਹੌਲ ਹੈ ਬਿਲਕੁਲ, ਇੱਥੇ ਤਾਂ ਗਰਮੀ ਬਿਲਕੁਲ ਫੀਲ ਹੀ ਨਾ ਥੀਂਦੀ ਪਈ ਦੂਰ ਦੂਰ ਤੱਕ, ਤੇ ਪਰ ਉਹਦਾ ਮਾਹੌਲ ਹੀ ਦੇਖੋ ਕਿਵੇਂ ਖੁੱਲਾ ਮਾਹੌਲ ਹੈ, ਔਰ ਮਾਸ਼ਾਅੱਲਾ ਬੜਾ ਸਬਜ਼ਾ ਵਗੈਰਾ ਲੱਗਾ ਹੋਇਆ, ਇਹ ਸਾਹਮਣੇ ਕਸ਼ਤੀ ਖੜੀ ਹੈ ਨਾਲ ਦਰਿਆ ਦਾ ਮਾਹੌਲ, ਜ਼ਬਰਦਸਤ ਮਾਹੌਲ ਬਣ ਗਿਆ, ਲੇਕਿਨ ਡਰ ਲੱਗਾ ਹੈ, ਡਰ ਲੱਗੇ ਕਸ਼ਤੀ ਤੇ ਪਹਿਲੀ ਵਾਰ ਚੜ੍ਹੇ, ਕਸ਼ਤੀ ਤੇ ਪਹਿਲੀ ਵਾਰ ਚੜ੍ਹੇ ਨਾ ਇਸ ਵਾਸਤੇ ਵੱਲ। ਹੁਣ ਅੱਗੇ ਚੱਲਦੇ ਹਾਂ ਵਾੜੀ ਦੇ ਵਿੱਚ, ਉੱਥੇ ਚੱਲ ਕੇ ਦਵਾਣੇ ਵਗੈਰਾ ਖਾਣੇ ਦੇ ਵਲੌਗ ਵੀ ਉੱਥੇ ਪੂਰਾ ਕਰੇ ਨੇ, ਮਜ਼ਾ ਆਏਗਾ ਨਾ ਭੀੜੋ। ਅੱਛਾ ਵੀਰ, ਅਲਹਮਦੁਲਿਲਾ ਅਸਾਂ ਪਹੁੰਚੇ ਹਾਂ ਜੀ ਤਰਬੂਜ਼ਾਂ ਵਾਲੀ ਵਾੜੀ ਦੇ ਵਿੱਚ, ਸਾਡੇ ਕਜ਼ਨ ਵੀ ਨਾਲ ਮਲਿਕ ਤਈਅਬ ਸਾਹਿਬ, ਅੱਜ ਨੂੰ ਸਪੈਸ਼ਲੀ ਅਸਾਂ ਆਪਣੇ ਇਲਾਕੇ ਦਾ ਵਿਜ਼ਿਟ ਕਰਵਾਉਣ ਆਇਆ ਵਾ, ਬੜਾ ਚੰਗਾ ਮਾਹੌਲ ਹੈ ਸਹੀ, ਬਹੁਤ ਹੀ ਖੂਬਸੂਰਤ ਔਰ ਖੁੱਲ੍ਹਾ ਇਲਾਕਾ, ਅਤੇ ਤਰਬੂਜ਼ ਵਾਲੀ ਖਾਵਣ ਤੁਸੀਂ ਖਾਵਣ ਤਾਂ ਤੁਸੀਂ ਹੀ ਆਵਨੋ, ਨਹੀਂ ਤਾਂ ਅਸਾਂ ਤਾਂ ਖਾਂਦੇ ਪਏ, ਅਤੇ ਖਾ ਕੇ ਵਲਾ ਤੋਂ ਗੁੱਡ ਸੇਨੇ ਰੱਤਾ ਹੈ ਮਿੱਠਾ ਹੈ ਜਾਂ ਕਹਿ ਨਹੀਂ, ਪਹਿਲਾਂ ਲਾਲੀ ਖਾਸੂ ਬੋਲਾ ਤਰਬੂਜ਼ ਦੀ ਖਾਵਾਂ ਯਾਰ ਭਈਆਂ ਕੋ। ਇਹ ਸਾਰੇ ਬਈ ਜੋਟੀ ਵਾਲੀ ਆ ਗਏ ਨਾਲ, ਸਾਰੇ ਟੁੱਟੇ ਵਾਣੇ ਤੇ ਵੇਂ ਜੋ ਦੇ, ਹਾਏ 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 ਲਾ ਲਉ ਕਰ ਬੜਾ ਤਾਈ। ਇਹ ਵੀ ਮੈਂ ਸਾਹਮਣੇ ਦੇਖ ਲਓ ਵੱਡੇ ਵੱਡੇ ਤਰਬੂਜ਼ ਲੱਗੇ ਪਏ ਨੇ, ਇਹ ਸਾਰੀ ਵੀ ਜਿਹੜੇ ਨਾ ਇਹ ਵਾੜੀ ਇਹ ਤਰਬੂਜ਼ਾਂ ਦੀ ਸਰੈਕੀ ਦੇ ਵਿੱਚ ਵਾੜੀ ਆ ਦੇਣ, ਅਤੇ ਵੱਡੇ ਵੱਡੇ ਤਰਬੂਜ਼ ਲੱਗੇ ਪਏ ਨੇ। ਮਲਿਕ ਦਾਨੇ ਸਾਹਿਬ ਜ਼ਰਾ ਚਾਹ ਕੇ ਦਿਖਾਓ ਨਾ ਉਤਾਂ, ਪਟਣਾ ਨਹੀਂ ਪਟਣਾ ਨਹੀਂ ਉਤਾਂ, ਕਮੈਂਟ ਹੀ ਮੰਗਣੇ ਨਹੀਂ ਦੇ। ਇਹ ਵੀ ਵਾਰ ਉਹਨਾਂ ਦੀ ਛੱਪਰੀ ਬਣੀ ਹੋਈ ਹੈ ਛਾਂ ਵਾਸਤੇ, ਅਤੇ ਇਹ ਟੋਟਲ ਜਿਹੜੀ ਤੁਹਾਨੂੰ ਨਾਲ ਨਜ਼ਰ ਆਉਂਦਾ ਪਈ ਹੈ ਸਬਜ਼ਾ, ਇਹ ਸਾਰੇ ਤਰਬੂਜ਼ਾਂ ਦੀ ਵਾੜੀ ਹੈ ਇਸ ਸਾਈਡ ਤੋਂ ਵੀ, ਅਤੇ ਇਸ ਸਾਈਡ ਤੋਂ ਹੁੰਦੀ ਹੋਈ ਅਤੇ ਨਾਲ ਪਿਛਲੀ ਸਾਈਡ ਦਾ ਦਰਿਆ ਹੈ, ਅਸਾਂ ਉਹ ਦਰਿਆ ਕ੍ਰਾਸ ਕਰਕੇ ਆਇਆ ਸੀ, ਅਤੇ ਅਲਹਮਦੁਲਿਲਾ ਹੁਣ ਅਸਾਂ ਪਹੁੰਚੇ ਖੜੇ ਤਰਬੂਜ਼ਾਂ ਦੀ ਵਾੜੀ ਵਿੱਚ, ਅਤੇ ਜ਼ਰਾ ਇੱਥੇ ਰੈਸਟ ਵਗੈਰਾ ਕਰੇ ਨੇ, ਜ਼ਰਾ ਗੱਪ ਸ਼ੱਪ ਲੈਣੇ, ਅਤੇ ਉਸ ਤੋਂ ਬਾਅਦ ਜ਼ਰਾ ਤਰਬੂਜ਼ ਵਗੈਰਾ ਇੰਜੋਏ ਕਰੇ ਨੇ, ਅਤੇ ਉਸ ਤੋਂ ਬਾਅਦ ਇਨਸ਼ਾਅੱਲਾ ਆਪਣੇ ਵਲੌਗ ਦਾ ਐਂਡ ਕਰੇ ਸੂੰ। ਕਿਆ ਮਾਹੌਲ ਹੈ ਯਾਰ ਤਈਅਬ ਸਾਹਿਬ, ਹੈ ਜ਼ਬਰਦਸਤ, ਛੱਪਰੀ ਛੱਪਰੀ ਬਣੀ ਹੋਈ ਹੈ, ਅਤੇ ਨਾਲ ਸਹੀ ਤਰਬੂਜ਼ਾਂ ਦਾ
बड़ा वड़ा खेत है। अजन जरा सा लेट थी गए ते नहीं असल थोड़ा धूप निकल आई ना असल सवेर सवेर ना आ बनियो ना बल बड़ा माहौल होना है। ऐसे चाचू ने सारे वास्ते हिदवाने पटेने पैन खावन वास्ते ते वाल इन्हें कुछ चावे ने उत्थे छपरी तले दे वाल दोस्तों को जरा इंजॉयमेंट करवाने मैं चाहना ए वीवर एक मैं चाहता पिया तेरी खैर ए आ गए जी हिदवाने से पट लाए से हूँ वह पे छपरी तले जरा इन्हों को बन के चेक शेक करेने ते वाल एक गट्टू भी लाए बनने उत्थे अपने घर वास्ते भी वो भी गट्टू असा नाल लै के आए वो भी लाए बनने क्योंकि पिछा भी काफ़ी सारे मेहमान आए बैठे देर दे उन्होंने वास्ते भी चाचू ने आख्या जी गट्टू लै के उत्थे भी लै बनो तो इंशाल्लाह इन्ना को बन के पहले एक कज़न उन्हें गुजारा खवाएंगे शवाएंगे तो उस तो बाद वाल वैसो अगा मेरा टोटा गिरे जबरदस्त यार बहुत मीठा तरबूज है चाचा जी चस आ गई है हकीकत है मैं तो खाने में ना ना ये मलिक साहब छिकी बड़े काम को चस आ गई सीरियसली मजा आ गया लाल है लाल है सारा गली लाल है रोशन किया दाने अमर हिदवाने कराने नहीं दिते कदने नहीं खा दे भाई आराम नाल खा दा ना मतलब मैं कौन है ये वाड़ी दे बेच आए बैठे हिदवाने तो मुकते ही है ना उजाड़ा करे उन्हें दा ये आपरी वाड़ी अलग बंदा अच्छा भी बार अल्हम्दुलिल्लाह घूम घुमा के सारे पहुंचे वापसी दरिया दे उते तो सामने दरिया दा भी सीन नजर आंदा पियो सी ते सारे भाई जड़े ना कश्ती दे इंतजार च खड़े न कश्ती गई हुई उस साइड दे उते ओ तो सामने नजर ही आंदी पियो सी सवारियां चा के गई है ओ हुण जिवें वापसी आंदी है ना इंशाल्लाह वाला संगार वाले पासे रवाना थींदे पए ते इंशाल्लाह सारी वीडियो तो पसंद आई हो सी अगर वीडियो सारी पसंद आई तो सारे चैनल को सब्सक्राइब कर सो ते सारे चैनल सपोर्ट भी कर दे बहुत बहुत शुक्रिया इंशाल्लाह कल नवे ब्लॉग दे नाल मिलसो तमाम व्यूअर्स बहुत बहुत शुक्रिया जेडे सारे चैनल सपोर्ट करेंदे पए।